ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਨਗਰ ਸੁਲਤਾਨਵਿੰਡ, ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ, ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਹੀ ਜਿਹੜੀ ਅੱਜ ਦੀ ਤੁਹਾਨੂੰ ਵੀਡੀਓ ਦਿਖਾਉਣੀ ਆ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਚੰਗੇ ਰਿਕਾਰਡ ਵਾਲੀ ਇੱਕ ਤੋਕੜਮਾ ਹੀ ਤੁਹਾਨੂੰ ਦਿਖਾਵਾਂਗੇ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਅਤੇ ਇੱਕ ਆ ਨੀਲੀ ਦੀ ਕੱਟੀ ਵੀ ਜਿਹੜੀ ਕਾਫੀ ਖੂਬਸੂਰਤ ਬਾਬਾ ਜੀ ਇਹਨਾਂ ਨੇ ਘਰ ਜਿਹੜੀ ਰੱਖੀ ਆ, ਇਹਦੇ ਬਾਰੇ ਵੀ ਆਪਾਂ ਪੁੱਛਾਂਗੇ। ਖੁੱਲ੍ਹੀ ਰਹਿੰਦੀ ਹੈ ਜਿਹੜੀ ਕਹਿੰਦੇ ਇਸ ਤਰ੍ਹਾਂ ਹੀ। ਹਾਂਜੀ ਬਾਬਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰ ਭਰਾ ਨੂੰ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ, ਠੀਕ ਠਾਕ ਜੀ? ਠੀਕ ਠਾਕ, ਚੜ੍ਹਦੀ ਕਲਾ ਜੀ। ਅਤੇ ਨਾਮ ਦੱਸ ਦਿਓ ਬਾਬਾ ਜੀ ਆਪਣੇ। ਨਾਮ ਬਘੇਲ ਸਿੰਘ ਜੀ, ਪਿੰਡ ਸੁਲਤਾਨਵਿੰਡ, ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ, ਤਹਿਸੀਲ ਅੰਮ੍ਰਿਤਸਰ। ਅਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰੀ। ਫੋਨ ਨੰਬਰ 62-391-88-420। ਠੀਕ ਆ। ਅਤੇ ਮੱਝ ਵੇਚ ਦੇਣੀ ਅੱਜ ਫਿਰ? ਹਾਂਜੀ, ਘਰ ਦੀ ਮੱਝ ਆਪਣੀ ਹੈ। ਇਹ ਘਰ ਦੀ ਲਾ ਲਓ, 200 ਰੁਪਏ ਚੋਈ ਆ, ਲਿਆਂਦੀ ਤਾਂ ਪਹਿਲਾਂ ਬੋਲੀ ਅਤੇ ਹੁਣ ਤਾਂ ਘਰ ਦੀ ਹੋਈ ਆ। ਅੱਛਾ, ਮਤਲਬ 200 ਹੱਥੀਂ ਚੋਲੇ ਆ। ਅਤੇ ਸੱਜਰ ਦਾ ਕਿੰਨਾ ਕੁ ਦੁੱਧ ਚੋਇਆ ਫਿਰ ਇਹਦਾ? ਸੱਜਰ ਦਾ 15-16 ਅੱਛਾ, ਸ਼ਾਮ ਦੇ ਹਿਸਾਬ ਨਾਲ ਉਸ ਤਰ੍ਹਾਂ ਦੇ ਪਹਿਲਾਂ ਤਾਂ ਉਹ ਜਾਂਦੇ 18 ਕਿਲੋ ਵੀ ਜਿੱਥੋਂ ਲਿਆਂਦੀ ਚੋਂਦੇ ਰਹੇ, ਪਰ ਸਾਡੇ ਤੋਂ ਇੰਨੀ ਸਾਹ ਵੀ ਨਹੀਂ ਗਈ। ਅੱਛਾ, ਅਤੇ 16 ਕੁ ਲੀਟਰ ਤੱਕ ਜਿਹੜਾ ਤੁਸੀਂ ਦੁੱਧ ਇਹਦਾ ਹੱਥੀਂ ਚੋਇਆ ਵਾ? ਹਾਂਜੀ। ਠੀਕ ਹੈ। ਅਤੇ ਇਹਦੀ ਸੱਜਰ ਦੀ ਵੀਡੀਓ ਹੈਗੀ ਕੋਈ? ਸੱਜਰ ਦੀ ਵੀਡੀਓ ਹੈਗੀ ਜਦੋਂ ਅਜੇ ਵੀ ਤਿਆਰ ਹੀ ਸੁਣਦੀ। ਅੱਛਾ, ਮਤਲਬ ਗੱਬਨ ਦੀ ਵੀਡੀਓ ਹੈਗੀ ਆ? ਹਾਂਜੀ ਹਾਂਜੀ। ਠੀਕ ਹੈ, ਚਲੋ ਉਹ ਵੀ ਆਪਾਂ ਐਂਡ 'ਤੇ ਲਾ ਦੇਵਾਂਗੇ, ਹੈ ਨਾ? ਕੋਈ ਵੀਰ ਐਂਡ 'ਤੇ ਜਿਹੜੀ ਇਹਦੀ ਸੱਜਰ ਦੀ ਵੀਡੀਓ ਵੀ ਦੇਖ ਸਕਦਾ ਵਾ, ਅਤੇ ਉਹ ਵੀ ਤੁਹਾਨੂੰ ਐਂਡ 'ਤੇ ਦਿਖਾਵਾਂਗੇ। ਅਤੇ ਆਹ ਕੱਟੀ ਫਿਰ ਬਾਬਾ ਜੀ ਸ਼ੌਂਕ ਨਾਲ ਹੀ ਰੱਖੀ ਜੇ? ਅੱਛਾ, ਇਹਦੀ ਮਾਂ ਜਿਹੜੀ ਉਹ ਮੁੜ ਕੇ ਵੇਚਦੀ, ਜ਼ਿਆਦਾ ਡੰਗਰ ਸਾਂਭੇ ਨਹੀਂ ਜਾਂਦੇ। ਠੀਕ ਆ। ਅਤੇ ਇਹ ਵੀ ਹੁਣ ਵੀ ਸਾਂਭੇ ਨਹੀਂ ਜਾਂਦੇ, ਅਸੀਂ ਵੱਧੀ ਵੀ ਨਹੀਂ ਕਦੀ। ਅੱਛਾ, ਖੁੱਲ੍ਹੀ ਰਹਿੰਦੀ ਇਸ ਤਰ੍ਹਾਂ? ਇਹ ਖਰਾਬ ਨਹੀਂ ਕਰਦੀ? ਨਾ, ਖਰਾਬ ਨਹੀਂ, ਕੋਈ ਨਹੀਂ ਇਹਨੇ ਕਰਨਾ ਇਸ ਤਰ੍ਹਾਂ ਹੀ। ਇਹਨੇ ਇੱਕ ਵਾਰੀ ਖਰਾਬ ਕੀਤਾ ਸੀ ਇਹਨੇ ਥੋੜ੍ਹਾ ਜਿਹਾ। ਅੱਛਾ, ਉਹ ਵੀ ਇੱਥੇ ਉਹ ਠੇਲੀ ਆ, ਗੋਹਾ ਗੋਹਾ ਸੁੱਟਣ ਵਾਲੀ, ਉਹ ਵਾਲੀ ਠੇਲੀ। ਅੱਛਾ, ਅਤੇ ਉਹਦੇ ਵਿੱਚ ਇਹਨੇ ਨਾ ਸਿੰਗ ਡਾਲਿਆ ਸੀ। ਅੱਛਾ, ਤਾਂ ਹੀ ਸਿੰਗ ਵਿੰਗਾ ਇੱਕ ਆਹ ਮੁੜ ਕੇ ਫਿਰ ਉਹ ਸਿੰਗ ਉੱਤੋਂ ਗੁਲੀ ਲੱਥ ਗਈ, ਇਹਦਾ ਸਿੰਗ ਥੋੜ੍ਹਾ ਜਿਹਾ ਵਿੰਗਾ ਹੋ ਗਿਆ। ਠੀਕ ਆ। ਅਤੇ ਬਾਕੀ ਮੋੜ 'ਤੇ ਗਈ ਆ ਫਿਰ, ਹੈ ਨਾ? ਬਾਕੀ ਮੋੜ ਗਈ ਆ, ਫਿਰ ਗਾਂ ਜਿਉਂ ਜਿਉਂ ਵੱਡੀ ਹੁੰਦੀ ਗਈ ਤਿਉਂ ਤਿਉਂ ਮੁੜਦਾ ਜਾਣਾ। ਅਤੇ ਬਾਕੀ ਇਹਦਾ ਉਤਰਾ ਦੂਸਰੇ ਪਾਸੇ ਰਿਹਾ ਸਿੰਗ ਜਿਹੜਾ ਪੂਰਾ ਵਧੀਆ ਵਾ। ਅਤੇ ਇਹ ਰੱਖਣੀ ਬਾਬਾ ਜੀ ਕਿ ਦੇ ਦੇਣੀ ਆ? ਇਹ ਅਜੇ ਤਾਂ ਦੇ ਵੀ ਦੇਣੀ ਆ, ਅਤੇ ਜੇ ਰੱਖਣੀ, ਜੇ ਕੋਈ ਚਾਹਵਾਨ ਵੀਰ ਹੋਵੇ, ਸ਼ੌਂਕ ਨਾਲ ਪਾਲਣ ਵਾਲਾ ਹੋਵੇ, ਜਿਸ ਤਰ੍ਹਾਂ ਅਸੀਂ ਘਰ ਪਾਲਣਦੇ ਹਾਂ। ਅੱਛਾ, ਮਤਲਬ ਕੋਈ ਸ਼ੌਕੀਨ ਵੀਰ ਜੇ ਕੋਈ ਹੋਵੇ ਤੇ ਉਹ ਕੋਈ ਪੁੱਛ ਸਕਦਾ ਵਾ, ਨਾ? ਤੇ ਬਾਕੀ ਪਿਓਰ ਨੀਲੀ ਰਾਵੀ ਦੀ ਕੱਟੀ, ਨਿਸ਼ਾਨੀਆਂ ਜਿਹੜੀਆਂ ਸਾਰੀਆਂ। ਤੇ ਦੰਦੋ ਕਿਸ ਤਰ੍ਹਾਂ ਜੇ? ਬਹੁਤ ਰਿਕਾਰਡ ਹੀ 18-19 ਕਿਲੋ ਦੁੱਧ ਦਿੰਦੀ ਹੈ। ਅੱਛਾ, ਉਹ ਵੀ ਪਿਓਰ ਨੀਲੀ ਰਾਵੀ ਸੀ? ਉਹ ਵੀ ਪਿਓਰ ਨੀਲੀ ਰਾਵੀ ਦੀ, ਪਰ ਟੀਕਾ ਜਿਹੜਾ ਅਸੀਂ ਲਵਾਇਆ ਸਾਨੂੰ ਚੇਤਾ ਨਹੀਂ ਵੀ ਕਿਹੜਾ ਲਵਾਇਆ, ਉਹਦੇ ਸਾਹਮਣੇ ਦਿਸਣੀ ਦਿਆ, ਉਹਦੇ ਤਾਂ ਹੁੰਦਾ ਨਾ। ਹਾਂਜੀ, ਜੇ ਗਾਂ ਜੇ ਸੂਣ ਵਾਲੀ ਹੋਵੇ ਕੋਈ ਤਾਂ ਫਿਰ ਪਤਾ। ਹਾਂਜੀ, ਅਤੇ ਆਹ ਦੇਖ ਸਕਦੇ ਜੇ ਕਾਫੀ ਖੂਬਸੂਰਤ ਕੱਟੀ ਆ। ਅਤੇ ਦੰਦੋ ਕਿਸ ਤਰ੍ਹਾਂ? ਦੰਦੋ ਖੀਰੀ ਜੇ, ਪਿਓਰ ਖੀਰੀ, ਪਿਓਰ ਖੀਰੀ। ਠੀਕ ਆ। ਅਤੇ ਇੱਕ ਵਾਰੀ ਥੋੜ੍ਹੀ ਚਲਾ ਤੋਰ ਕੇ ਦਿਖਾ ਦਿਓ ਫਿਰ ਇਹਨੂੰ। ਹਾਂ, ਦੇਖ ਸਕਦੇ ਬੜੇ ਠੰਡੇ ਦੇ ਸੁਭਾਅ ਦੀ ਜਿਹੜੀ ਕੱਟੀ ਆ, ਜਿਹੜੀ ਆ ਵਾਲੀ ਖੁੱਲ੍ਹੀ ਰਹਿੰਦੀ ਹੈ, ਬੰਨ੍ਹਦੇ ਨਹੀਂ ਹੈ ਜਿਹੜਾ ਇਹਨਾਂ। ਥੱਲੇ ਝੋਲੀ ਵੀ ਚੰਗੀ ਆ ਦੀ ਹੁਣ ਤੋਂ ਹੀ। ਹਾਂ, ਦੇਖ ਸਕਦੇ। ਪੂਰੀ ਐਨਰਜੀ ਜਿਹਾ ਅਤੇ ਪੂਰੀ ਰਾਜੀ ਆ, ਪੂਰੀ ਸਾਂਭੀ ਸੁੰਭੀ ਆ। ਇਹਦੇ ਬਾਰੇ ਵੀ ਜੇ ਕਿਸੇ ਨੇ ਪੁੱਛਣਾ ਹੋਵੇ ਤਾਂ ਕੋਈ ਵੀਰ ਪੁੱਛ ਸਕਦਾ ਵਾ। ਅਤੇ ਉਸ ਤਰ੍ਹਾਂ ਕੋਈ ਮਾਰਦੀ ਨਹੀਂ ਪਸ਼ੂਆਂ ਨੂੰ ਜਾਂ ਲੜਦੀ ਨਹੀਂ ਆ,
ਬਸ ਇਸ ਤਰ੍ਹਾਂ ਹੀ ਜਿਹੜਾ ਵਾ ਖੁੱਲ੍ਹੀ ਰਹਿੰਦੀ ਆ ਪਸ਼ੂਆਂ ਦੇ ਵਿੱਚ ਹੀ, ਇੱਥੇ ਇਹ ਖਲੋਤੀ ਸੀ। ਅਤੇ ਹੁਣ ਆ ਮੱਝ ਤੁਹਾਨੂੰ ਵਿਖਾਈਏ, ਅਤੇ ਆਹ ਥਾਣੇ ਦੇ ਲਾਗੇ ਤੋਂ ਦੇਖ ਸਕਦੇ ਮਿਲਕਵੇਨ ਵੀ ਚੰਗੀ ਮੋਟੀ ਲੱਗੀ ਆ। ਅਤੇ ਹੁਣ ਬਾਬਾ ਜੀ ਦੁੱਧ ਕਿੰਨਾ ਫਿਰ ਇਹਦੇ ਕੋਲ? ਇਹ ਦੁੱਧ ਹੁਣ 5 ਕਿਲੋ ਗਿਆ ਜੀ। ਅੱਛਾ, ਜਿਹੜਾ ਵਾ ਸਾਂਭ ਆ ਤੁਸੀਂ ਦੇਖ ਸਕਦੇ ਜੀ, ਪੱਠੇ ਜਿਹੜੇ ਇਸ ਤਰ੍ਹਾਂ ਦੇ ਪੈਂਦੇ ਆ ਇੱਥੇ ਸਾਂਭ ਮੁੱਲ ਦੇ ਪੱਠੇ ਆ। ਅੱਛਾ, ਉਹ ਵੀ ਕਿਸੇ ਵੇਲੇ ਆਉਂਦੇ ਆ ਕਿਸੇ ਵੇਲੇ ਨਹੀਂ ਆਉਂਦੇ। ਅੱਛਾ, ਉਹ ਵੀ ਆਪ ਅਸੀਂ ਘਰ ਨਹੀਂ ਰਹੀਦਾ, ਉਹ ਮਗਰੋਂ ਟੋਕੇ ਵਾਲਾ ਸੁੱਟ ਕੇ ਜਾਂਦਾ ਹੈ। ਅਤੇ ਇਹ ਵੇਚ ਕਿਉਂ ਦੇਣੀਆਂ ਜੀ? ਹਾਂਜੀ, ਇਹ ਵੇਚ ਕਿਉਂ ਦੇਣੀਆਂ? ਵੇਚ ਸਾਂਭ ਖਣੋ ਹੀ। ਅੱਛਾ, ਉਹ 2 ਗਾਵਾਂ ਆ, ਉਹ ਵੀ ਉਹੀ ਮਾਂ ਰੱਖਣੀਆਂ, ਉਹਨਾਂ ਦੀ ਮਾਂ ਸਾਂਭ ਹੋ ਜੇ। ਅੱਛਾ, ਬੜੀ ਆ, ਠੀਕ, ਸਾਂਭੇ ਨਹੀਂ ਜਾਣਦਾ, ਸਾਨੂੰ ਬਾਹਰ ਅੰਦਰ ਜਾਣਾ ਪੈਂਦਾ ਹੈ। ਅੱਛਾ, ਫਿਰ ਮੁਸ਼ਕਲ ਹੋ ਜਾਂਦੀ ਹੈ। ਤੇ ਨਾਲ ਬੱਚੇ ਬੱਚੇ ਨਹੀਂ ਕਰਾਉਂਦੇ ਕੁਛ? ਬੱਚੇ ਬੁੱਚੇ ਵੀ ਤੁਹਾਨੂੰ ਪਤਾ ਅੱਜ ਕੱਲ੍ਹ ਕਿਹੜਾ ਗੋਹੇ ਨੂੰ ਹੱਥ ਦੇ, ਡੰਗਰਾਂ ਨੂੰ ਲਾ ਕੇ ਨਹੀਂ ਜੀ ਕੁਝ ਵੀ। ਅੱਛਾ, ਠੀਕ ਹੈ, ਆਪ ਹੀ ਕਰਨਾ ਪੈਂਦਾ? ਆਪ ਹੀ ਕਰਨਾ ਪੈਂਦਾ ਹੈ। ਠੀਕ ਹੈ, ਅਤੇ ਚਲੋ ਫਿਰ ਮੱਝ ਇੱਕ ਵਾਰੀ ਤੋੜ ਕੇ ਵਿਖਾ ਦਈਏ। ਹਾਂ, ਦੇਖ ਸਕਦੇ ਜਿਸ ਤਰ੍ਹਾਂ ਕੱਟੀ ਹੁਣੇ ਦੇਈ ਸੀ, ਇਸ ਤਰ੍ਹਾਂ ਇੱਕ ਵਾਰੀ ਸਿੰਘ ਕਹਿੰਦੇ ਇਹਨੇ ਲਾ ਲਿਆ ਸੀ ਬਸ। ਬਾਕੀ ਰਹਿੰਦੀ ਕਹਿੰਦੇ ਪਸ਼ੂਆਂ ਦੇ ਵਿੱਚ ਹੀ ਆ, ਜਿਹੜੀ ਨਾਲ ਹੀ ਇਹਨੇ ਰਹਿਣਾ ਵਾ। ਹੁਣ ਵੀ ਦੇਖ ਸਕਦੇ ਜੀ ਮਗਰੇ ਮਗਰੇ ਦੇ ਨਾਲ ਹੀ ਆ ਗਈ ਆ। ਹੁਣ ਜਿਹੜਾ 5 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਪੱਕਾ ਹੈਗਾ ਵਾ, ਸੱਜਰ ਨੇ ਜਿਹੜਾ 16 ਲੀਟਰ ਦੁੱਧ ਜਿਹੜਾ ਕਹਿੰਦੇ ਚਵਾਇਆ। ਬਾਕੀ ਹਵਾਨੇ ਦੇ ਦੋਵਾਂ ਪਾਸੇ ਨਾੜਾਂ ਜਿਹੜੀਆਂ ਚੰਗੀਆਂ ਵਾ। ਬਾਕੀ ਇਹੋ ਜਿਹੇ ਦੁੱਧ ਵੀ ਸੰਘਣਾ ਹੁੰਦਾ ਵਾ ਇਹੋ ਜਿਹੀਆਂ ਮੱਝਾਂ ਦਾ। ਦੁੱਧ ਫੈਟ ਬਣੀ ਜਾਂਦੀ ਜੇ ਇਹਦੀ? ਕਿੰਨੀ ਫੈਟ ਜੇ ਇਹਦੀ? ਇਹਦੀ 9.5-10 ਫੈਟ। ਅੱਛਾ, ਹੁਣ 9.5-10 ਫੈਟ ਜਿਹੜੀ ਇਹਦੀ ਆਉਂਦੀ ਆ, ਅਤੇ ਫਿਰ ਤਾਂ ਦੁੱਧ ਵੀ ਕਾਫੀ ਸੰਘਣਾ ਆ ਜਿਹੜਾ ਇਹਦਾ। ਅਤੇ ਕਰੀ ਹਵਾਨੇ ਦੇ ਨਾੜਾਂ ਨੂੜਾਂ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਈਏ। ਇਹਦੀ ਸੱਜਰ ਦੀ ਵੀਡੀਓ ਤੁਹਾਨੂੰ ਐਂਡ 'ਤੇ ਦਿਖਾਉਣੀ ਆ, ਵੀ ਕੋਈ ਵੀਰ ਵੇਖ ਲਏ। ਆਹ ਦੂਸਰੇ ਪਾਸੇ ਹਵਾਨੇ ਦੇ ਨਾੜਾਂ ਜਿਹੜੀਆਂ ਦੇਖ ਸਕਦੇ ਜੀ, ਮਿਲਕਵੇਨ ਵੀ ਚੰਗੀ ਆ ਜਿਹੜੀ। ਅਤੇ ਮਿਲਦੀ ਕਿਸ ਤਰ੍ਹਾਂ ਫਿਰ ਬਾਬਾ ਜੀ? ਆ ਇਹ ਮਿਲਦੀ ਅਸੀਂ ਤੇ ਥੋੜ੍ਹਾ ਜਿਹਾ ਟੀਕਾ ਲਾ ਕੇ ਚੋ ਲਈਦੀ ਆ, ਅਤੇ ਉਸ ਤਰ੍ਹਾਂ ਭੁੜਕਦੀ ਨਹੀਂ ਗੀ, ਕਿਸੇ ਵੇਲੇ ਮਾਰਦੀ ਵੀ ਆ ਲੱਤ, ਕਿਤੇ ਪੰਜੀ ਸੁੱਤੀ ਨਹੀਂ। ਅੱਛਾ, ਅਤੇ ਥੋੜ੍ਹਾ ਬਾਲਾ ਭੁੜਕਦੀ ਆ ਕਿਸੇ ਵੇਲੇ, ਠੀਕ ਆ, ਉਸ ਤਰ੍ਹਾਂ ਜਿਹੜਾ ਨੋਰਮਲੀ ਚਵਾ ਲੈਂਦੀ, ਨੋਰਮਲ ਜਿਹੜਾ ਉਹ ਚਵਾ ਲੈਂਦੀ ਆ। ਮੈਂ ਤਾਂ ਵੈਸੇ ਘੱਟ ਹੀ ਚੋਈ ਆ, ਕਦੀ ਘਰ ਦੇ ਹੀ ਜ਼ਿਆਦਾ ਚੋਂਦੇ ਆ। ਅੱਛਾ, ਠੀਕ ਹੈ, ਮੈਨੂੰ ਤਾਂ ਚੋਈ ਨੂੰ ਪਤਾ ਨਹੀਂ, 3-4 ਮਹੀਨੇ ਹੋ ਗਏ ਹੋਣੇ ਚੋਈ ਨੂੰ, ਉਹੀ ਚੋਂਦੇ ਆ, ਮੈਂ ਇਹਦੇ ਚੋਈ ਨਹੀਂ ਕਦੀ। ਠੀਕ ਆ, ਅਤੇ ਗਾਂ ਬਣੀ ਹੈ ਜੇ ਕਿ ਨਹੀਂ? ਗਾਂ ਨਹੀਂ ਜੇ, ਗਾਂ 1-2 ਵਾਰੀ ਹੀਟ ਚਾਹੀਦੇ, ਸਾਡਾ ਟਾਈਮ ਖੁਣੋ ਹੀ ਗਾਂ ਟੀਕਾ ਨਹੀਂ ਭਰਾਇਆ ਗਿਆ। ਠੀਕ ਆ, ਤੇ ਉਸ ਤਰ੍ਹਾਂ ਸਾਨੂੰ ਤੁਹਾਨੂੰ ਕੋਈ ਡੇਰੀ ਆ ਲਾਗੇ, ਡਾਕਟਰ ਨਹੀਂ ਆਉਂਦਾ ਕੋਈ, ਨਾ ਕੋਈ ਹੋਰ ਹੈਗਾ ਆ। ਠੀਕ ਆ, ਇਹ ਕਰਕੇ ਤੇ ਉਹ ਜਦੋਂ ਸਾਡਾ ਟਾਈਮ ਹੁੰਦਾ ਉਦੋਂ ਡਾਕਟਰ ਦਾ ਨਹੀਂ ਹੁੰਦਾ, ਕਿਸੇ ਲਈ ਡਾਕਟਰ ਜਦੋਂ ਉਦੋਂ ਤੋਂ ਸਾਡਾ ਨਹੀਂ। ਅਤੇ ਤੁਹਾਨੂੰ ਤੁਹਾਨੂੰ ਓਕੇ ਸਾਰੇ? ਤੁਹਾਨੂੰ ਬਿਲਕੁਲ ਓਕੇ ਆ। ਅਤੇ ਮੁੱਲ ਫਿਰ ਇਹਦਾ? ਮੁੱਲ ਤੇ ਹੁਣ ਵੇਖ ਲਓ, ਜਿੰਨਾ ਕਹਿੰਦੇ ਉਨਾ ਕਰ ਦਿੰਦੇ ਆ। ਜਾਇਜ਼ ਜਾ ਕਰ ਦਈਏ ਫਿਰ, ਤੁਸੀਂ ਵੀ ਰੋਜ਼ ਵੀਡੀਓ ਪਾਉਂਦੇ ਪਾਉਂਦੇ ਰਹਿੰਦੇ, ਤੁਸੀਂ ਦੱਸ ਦਿਓ। ਚਲੋ, ਬਾਕੀ ਇਹ ਆ ਵੀ ਤੁਹਾਡੀ ਚੀਜ਼ ਆ, ਮੁੱਲ ਤੇ ਚਲੋ ਤੁਸੀਂ ਦੱਸਣਾ ਵਾ। ਅਸੀਂ ਤੇ ਚਲੋ ਜਾਇਜ਼ ਹੀ ਮੰਗਣਾ, ਅਸੀਂ 40,000 ਰੁਪਈਆ ਅਸੀਂ ਮੰਗਦੇ। ਚਲੋ, 1000 ਖੰਡ ਵਿੱਚ ਛੋਟ ਕਰ ਦਿਆ ਫਿਰ, ਹੋਰ ਕੀ ਆ। ਚਲੋ ਕਰ ਦਿਆਂਗੇ, ਹੋਰ 1000 ਕਰ ਦਿਆਂਗੇ। ਠੀਕ, ਬਾਕੀ ਚਲੋ ਕੋਈ ਵੀਰ ਫੋਨ ਲਾਵੇ ਇੱਕ ਵਾਰੀ, ਬਾਕੀ ਜੋ ਵੀ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ। ਦੁੱਧ ਮੌਕੇ 'ਤੇ 5 ਕਿਲੋ ਜਿਹੜਾ ਕਹਿੰਦੇ ਕਿ ਹੈਗਾ ਵਾ, ਅਤੇ ਆ ਕੱਟੀ ਬਾਰੇ ਵੀ ਜੇ ਕਿਸੇ ਨੇ ਪੁੱਛਣਾ ਮੈਂ ਪੁੱਛ ਸਕਦਾ ਵਾ, ਅਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਚਦਾ, ਬਾਕੀ ਕੋਈ ਸਾਂਭ ਵਾਲਾ ਖੜੇ, ਕਿਉਂਕਿ ਸਾਂਭ ਜਿਹੜੀ ਆਪਾਂ ਦੇਖ ਸਕਦੇ ਹਾਂ ਹਿਸਾਬ ਦੀ ਆ ਥੋੜ੍ਹੀ ਜੀ।